चाल वेलकम बैक टू माय न्यू ब्लॉग दिस साइड इज रमनप्रीत सिंह तुसी देख रहे हो रमन पंजाबी तड़का। वैसे स्टॉल दे खड़े हो तुसी ये ना सोचो कि मैं अपना खोल लिया ही। ये मेरा ना पूरे यमुनानगर दे चौड़ा पाव दा सब तो फेमस स्टॉल है। पता क्यों? क्योंकि इन्हां कोल वड़ा पाव इन्ना वधिया मिलता ना यार, तुसी जिन्नी मर्जी उरी आके खा लियो। तो वड़ा पाव आपां इत्थे आके खांदे रहिंदे आ। मैं 2 महीने पहला इत्थे आया सी ब्लॉग शूट करन, उस तो बाद ही घट्टो घट 5-6 बारी आपां 2 महीने दे विच खा लिया। तुसी आप देख सकते हो लोकेशन हैगी आई टी आई दे सामने, जिहड़ा रोड जा रहा है नियापी स्कूल दे नाल जांदा है। उसके भाई कोर्नर से खड़े होंगे ने, शामी लाते हैं 6 बजे तो लेकर रात 10-11 बजे तक विनायक फास्ट फूड। ये भाई ने जी, भाई अपना की नाम है? मेरा नाम सचिन शर्मा। सचिन शर्मा तो विनायक कौन बेटा है? हाँ भाई ने पिछले बार दस्या सीगा। तो भाई अपना मैं सुना तुम्हें पाव भाजी स्टार्ट करती है। हाँ जी भाई, की टेस्ट है? बहुत बढ़िया मोमोज। अभी अपनी तरफ नहीं बोला रही, तुसी टेस्ट करके मोमोज और वड़ा पाव तो वधिया के काट है। सारी चीजा बराबर होंगी है, मतलब तुम ये कह रहे हो कि अपना जी अज पाव भाजी की रख रहे हैं। अच्छा क्या बात है, मतलब पूरे यमुनानगर नु भाई ने अपना परिवार समझा है। हां जी, पूरा परिवार अपना भी खाने हैं, बच्चे भी खाने ने, ਤੇ ਤੁਸੀਂ ਵੀ ਖਾਓ ਉਹੀ ਚੀਜ਼ ਦਵਾਂਗੇ ਜਿਹੜੇ ਸਾਰੇ ਬੱਚੇ ਖਾਣੇ। ਬਾਕੀ ਭਾਈ ਨੇ ਭਾਜੀ ਦਿੱਤੀ ਆ, ਕਹਿੰਦੇ ਥੋੜਾ ਟੇਸਟ ਕਰੋ। ਇਹ ਵੀ 5 ਪਲੇਟ ਹੈ। ਅੱਛਾ ਚੈੱਕ ਕਰ ਲੈ। ਹਾਂ ਵਧੀਆ ਸਵਾਦ ਯਾਰ। ਤੇ ਭਾਈ ਹੋਰ ਕੀ ਲੈ ਕੇ ਆ ਰਹੇ ਹੋ ਨਵਾਂ? ਲੈ ਕੇ ਆਏ ਹੋ ਕੁਝ ਕਿ ਨਹੀਂ ਹਲੇ? ਹਾਂਜੀ ਭਾਜੀ, ਕੀ ਲੈ ਆਏ ਹੋ? ਜਿਹੜੇ ਬੰਦੇ ਲਸਣ ਪਿਆਜ਼ ਨਹੀਂ ਖਾਂਦੇ, ਤੁਲਸੀ ਦੀ ਮਾਲਾ ਪਾਉਂਦੇ ਐ, ਉਹਨਾਂ ਨੂੰ ਕਿਤੇ ਟੇਸਟ ਨਹੀਂ ਮਿਲਦਾ। ਕਿਉਂਕਿ ਮਤਲਬ ਜਿੰਨੇ ਵੀ ਨੇ ਸਾਰੇ ਉਹ ਲਸਣ ਪਿਆਜ਼ ਪਾਉਂਦੇ ਨੇ। ਸਾਡੇ ਮੋਮੋਸ ਵਿੱਚ ਲਸਣ ਪਿਆਜ਼ ਨਹੀਂ ਮਿਲੇਗਾ, ਚਾਹੇ ਆਟੇ ਵਾਲੇ ਖਾ ਲਓ, ਚਾਹੇ ਮੈਦੇ ਵਾਲੇ ਖਾ ਲਓ, ਚਾਹੇ ਸੂਜੀ ਵਾਲੇ ਖਾ ਲਓ, ਚਾਹੇ ਨਿਊਟਰੀ ਵਾਲੇ ਖਾ ਲਓ, ਬਿਲਕੁਲ ਵਿਦਾਊਟ ਲਸਣ ਪਿਆਜ਼ ਹੈ ਘਰੇ ਆਪਣੇ ਤਿਆਰ ਕਰਦੇ ਹੋ? ਹਾਂਜੀ। ਉਹ ਦੂਸਰੀ ਗੱਲ, ਸਾਡਾ ਜਿਹੜਾ ਲਸਣ ਪਿਆਜ਼ ਹੋਏਗਾ ਉਹ ਸਾਡੀ ਚਟਨੀ 'ਚ ਹੁੰਦਾ। ਅੱਛਾ ਜੀ, ਪੰਜਾਬੀਆਂ ਦੇ ਹੱਥ ਦੀ ਚਟਨੀ ਹੋਏਗੀ, ਉਹਦੇ ਲਸਣ ਪਿਆਜ਼ ਨੈਚੁਰਲ ਮਿਲੇਗਾ। ਉਹ ਜੇ ਨਹੀਂ ਖਾਂਦੇ ਉਹ ਸਾਡੇ ਕੋਲ ਆਓ, ਟੇਸਟ ਵੀ ਦਿਵਾਂਗੇ। ਬਿਲਕੁਲ ਬੇਫਿਕਰ ਖਾਓਗੇ, ਲਸਣ ਪਿਆਜ਼ ਬਿਲਕੁਲ ਨਹੀਂ ਹੋਏਗਾ। ਕੀ ਬਾਤ ਹੈ, ਪੈਕ ਹੋ ਰਿਹਾ ਭਾਜੀ? ਇਹ ਪਾਉ ਭਾਜੀ ਹੋ ਰਹੀ ਭਾਜੀ, 5 ਪਲੇਟ ਹੋ ਰਹੀ ਹੈ। 5 ਪਲੇਟ ਕੌਣ ਕਰਾ ਰਿਹਾ ਹੈ ਭਾਜੀ? ਭਾਈ ਪਾਉ ਭਾਜੀ ਪੈਕ ਕਰਾ ਰਹੇ ਹੋ 5 ਪਲੇਟਾਂ? ਇਸ ਕਰਨ ਤੋਂ ਪਹਿਲਾਂ ਹੀ ਮਾਦੇ ਪਿਆਜ਼ ਖਾ ਗਿਆ, ਪਿਆਜ਼ ਮੈਨੂੰ ਕਾਫੀ ਵਧੀਆ ਲੱਗਦੇ ਆ। ਹੁਣ ਆਪਾਂ ਟੇਸਟ ਕਰਦੇ ਹਾਂ ਪਾਉ ਭਾਜੀ। ਇੱਕ ਪਲੇਟ ਨੂੰ 2 ਬੰਦੇ ਖਾ ਸਕਦੇ ਆ। ਭਾਈ ਨੇ ਕਾਫੀ ਸੋਚ ਕੇ ਸੈਟਅਪ ਕੀਤਾ ਆ, ਕੋਈ ਮਹਿੰਗਾ ਨਹੀਂ ਹੈਗਾ ਤੇ ਕੋਈ ਟੇਸਟਲੈਸ ਨਹੀਂ ਹੈਗਾ। तीन स्लाइस लेके उस तो बाद मैं टेस्ट दस रहा, तुम आपे सोच सकते हो। मतलब बड़ा वधिया बना यार, मेरा दिल नहीं कर रहा सीगा मैं रुका, मेरा दिल कर रहा सीगा मैं जो वड़ा पाव खाया ना रेगुलर खाँदा रहा भाई को आके, तो मैनू ही खा ला पहला एक पूरी खा के ना, पूरी प्लेट खाली करके पीछे रखना फिर मैं रिव्यूज लवा। सीरियसली दसा यार भाजी काफ़ी वधिया, तो पाओ इन्ना सोफ्ट ना भाजी को, आके खा सकते हो। भाजी भी काफ़ी वधिया बनी हुई है, तुम आके खाओ, नज़ारे आएंगे थानू भाई। बड़ा वधिया टेस्ट है जी। थैंक यू भाजी। ਭਾਈ ਐਸਾ ਕੀ ਮਤਲਬ ਕੀ ਕੀਤਾ ਹੋਇਆ ਤੁਸੀਂ? ਐਚਐਮ ਕਰਾਈਏ ਮੈਮ ਨੂੰ? ਭਾਈ 5 ਪਲੇਟਾਂ ਪੈਕ ਕਰਾ ਰਹੇ ਪਾਓ ਭਾਜੀ ਦੀ, ਪਰ ਫਸਟ ਟਾਈਮ ਲੈ ਕੇ ਚੱਲੋਗੇ? ਲੈ ਕੇ ਜਾ ਰਹੇ ਫਸਟ ਟਾਈਮ। ਟੇਸਟ ਵਧੀਆ, ਇਹਨਾਂ ਕੋਲ ਕੁਛ ਹੋਰ ਖਾਧਾ ਤੁਸੀਂ? ਚਾਹੇ ਫਸਟ ਟਾਈਮ ਲੈ ਕੇ ਜਾ ਰਹੇ ਹਾਂ, ਦੇਖਦੇ ਹਾਂ। ਅੱਛਾ, ਕਿਉਂ ਇੱਥੇ ਲੋਕਲ ਹੀ ਹੋ? ਲੋਕਲੀ, ਠੀਕ ਹੈ। ਮਤਲਬ ਫਸਟ ਟਾਈਮ ਭਾਈ ਤੁਸੀਂ ਲੈ ਕੇ ਜਾ ਰਹੇ ਹੋ, ਮੇਰੀ ਗਾਰੰਟੀ ਤੇ ਲੈ ਲਿਓ, ਕਾਫੀ ਵਧੀਆ ਟੇਸਟ ਹੋਏਗਾ। ਠੀਕ ਹੈ, ਥੈਂਕ ਯੂ ਭਾਜੀ। ਔਰ ਨੈਕਸਟ ਟਾਈਮ ਤੁਸੀਂ ਕਹੋਗੇ ਕਿ ਆਪਾਂ ਸਹੀ ਜਗ੍ਹਾ ਤੇ ਆਏ ਸੀ? ਬਿਲਕੁਲ ਬਿਲਕੁਲ, ਠੀਕ ਹੈ ਭਾਜੀ। ਥੈਂਕ ਯੂ ਭਾਈ। ਨਹੀਂ ਜੀ, ਇਹ ਅਨੁਪਨਾ ਹੱਥੇ ਚੱਲਦੀ ਕਿਹਾਂ ਦੇ। ਅੱਛਾ ਮੈਮ, ਤੁਸੀਂ ਐਚਐਮ ਕੀਤੀ ਹੋਈ ਹੈ?
ਖਾਣਾ ਬਣਾਉਣਾ ਅੱਛਾ ਲੱਗਦਾ ਹੈ ਅੱਛਾ ਜੀ ਤੇ ਬਣਾਉਂਦੇ ਬਣਾਉਂਦੇ ਇੰਨਾ ਵਧੀਆ ਹੋ ਗਿਆ ਕਿ ਤੁਸੀਂ ਇੱਥੇ ਤੱਕ ਪਹੁੰਚ ਗਏ ਹਾਂ ਹਾਂਜੀ ਤੇ ਮੈਂ ਮਤਲਬ ਇਹ ਸੋਚ ਰਿਹਾ ਕਿ ਤੁਸੀਂ ਇਹ ਅਗਰ ਇੰਨਾ ਵਧੀਆ ਬਣਾਉਂਦੇ ਤਾਂ ਘਰ ਦੀ ਰੋਟੀ ਤੁਸੀਂ ਕਿੰਨੀ ਵਧੀਆ ਬਣਾਉਂਦੇ ਹੋਣੇ ਜੀ ਕਦੀ ਆਓ ਭਾਜੀ ਸੇਵਾ ਦਾ ਮੌਕਾ ਦਿਓ ਕੋਈ ਨਹੀਂ ਜ਼ਰੂਰ ਆਵਾਂਗੇ ਸਾਡੇ ਪਿਆਰਾ ਫਿਰ ਬਤਾਣਾ ਜ਼ਰੂਰ ਆਵਾਂਗੇ ਬਾਕੀ ਯਾਰ ਸੀਰੀਅਸ ਨੇ ਦੱਸਾ ਕਾਫੀ ਵਧੀਆ ਆ ਤੁਸੀਂ ਆ ਕੇ ਖਾਇਓ ਭਾਈ ਨੇ ਬੜਾ ਵਧੀਆ ਟੇਸਟ ਲੱਗਦਾ ਵੀਡੀਓ ਨੱਚੇ ਕਰਦੇ ਜੀ ਖਤਮ ਆਈ ਉਹ ਤੁਹਾਨੂੰ ਵੀਡੀਓ ਵਧੀਆ ਲੱਗੀ ਜੇ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਐਵੇਂ ਦੇ ਹੋਰ ਵਲੌਗਸ ਦੇਖਣਾ ਚਾਹੁੰਦੇ ਹੋ ਸਾਨੂੰ YouTube ਤੇ Facebook ਐਂਡ Instagram ਤੇ ਫੋਲੋ ਐਂਡ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਨਵੇਂ ਵੀਡੀਓ ਤੇ ਸਾਨੂੰ ਪਿਆਰ ਸਤਿ ਸ਼੍ਰੀ ਅਕਾਲ ਰੱਬ ਰੱਖਾ ਬਾਏ ਬਾਏ।